करना जो करना है। और मैंने भाई ये पैसे मिल गए। जाने जी जाने जी। I love you. I love you too. I love you three. I love you four. I love you 99. And me what? तेनू की फर्क पैदा डार्लिंग मेरे को ते प्यार पे है हजार तक यकीन कर ले जानू जी जी ठंड परी कोई गल नहीं मैं हुने लपेट लेना तेनू कोई मसला नहीं तेनू ये दसो के घर किदा है मेरे मामे दा ओ मामू दा घर हां समझो मेरा ही हां हां मैं समझ लिया प्यार तो आ रहे ना डार्लिंग वेरी ब्यूटीफुल अच्छा बस मैं हुन तेनू शादी करके ना तेरे नाल ते तेनू अपने घर ले जा मैं ते किसे रईस आदमी ना शादी करनी है अरे गहरे ना मैं शादी नहीं करती पैसे की कोई गल नहीं अच्छा पैसे की गल ही कोई नहीं अच्छा जद है ही नहीं ते गल की होनी है मेरा मतलब है कि पैसे की गल ही ना करो की मतलब दादा उंजी उंजी की उंजी मेरा मतलब है कि पैसे की कोई कमी नहीं हर किसी को पैसा है नहीं नहीं पहले पैसे की गल हां हां तो पैसे मेरे को बड़े ने डार्लिंग मैं तेनु दूर ले जाना ब्याह के ਕਿੱਥੇ ਲੈ ਕੇ ਜਾ ਰਹੇ ਆਪਣਾ ਸਵਿਟਜ਼ਰਲੈਂਡ ਵੇਖਿਆ ਤੂੰ ਨਹੀਂ ਮੈਂ ਵੀ ਨਹੀਂ ਵੇਖਿਆ ਉਹ ਜੀ ਵੈਸੇ ਮੇਰੇ ਮਾਪੇ ਉੱਥੇ ਹੀ ਰਹਿੰਦੇ ਹਾਏ ਜਾਨੂ ਜੀ ਸਵਿਟਜ਼ਰਲੈਂਡ ਜਾਵਾਂਗੇ ਅੱਜ ਦੇ ਹਨੀਮੂਨ ਵੀ ਉੱਥੇ ਮਨਾਵਾਂਗੇ ਆ ਹਨੀਆ ਮੁਨੀਆ ਨਾ ਮਨਾਇਆ ਗਿਆ ਤੇ ਫਿਰ ਧਨੀਆਂ ਧੁਨੀਆਂ ਮਨਾਵਾਂਗੇ ਜਾਨੂ ਜੀ ਧਨੀਆਂ ਠੰਡਾ ਹੁੰਦਾ ਹੈ ਸਵਿਟਜ਼ਰਲੈਂਡ ਵੀ ਠੰਡਾ ਹੈ ਅਸੀਂ ਦੋਵੇਂ ਵੀ ਠੰਡੇ ਹੁੰਦੇ ਜਾ ਰਹੇ ਹਾਂ ਓਏ ਬਗੈਰਤਾ ਓਏ ਜ਼ਲੀਲਾ ਕਬੀਲੇ ਪਰ ਤੂੰ ਸਾਡੇ ਘਰ ਹੀ ਮੇਰੀ ਜਵਾਨ ਭੈਣ ਨਾਲ ਗੱਲਾਂ ਕਰਨ ਗਿਆ 100 ਰੁਪਿਆ ਦੇ ਤੇ ਮੈਂ ਨਹੀਂ ਯਾਰ 100 ਰੁਪਿਆ 100 ਰੁਪਿਆ ਮੈਂ ਸੋਚਿਆ ਸੀ ਸ਼ਾਇਦ 5 ਹਜ਼ਾਰ ਲੱਗ ਜਾਏਗਾ ਲੇਕਿਨ 100 ਰੁਪਿਆ ਨੋ ਪ੍ਰੋਬਲਮ ਦੇ 100 ਰੁਪਿਆ ਦੇ ਯਾਰ ਇਹ ਕੌਣ ਹੈ ਵੇ ਯਾਰ ਆਪਣਾ ਬਣਾ ਤੈਨੂੰ ਮੈਂ ਦੱਸਾਂ ਬਸ ਸਿੱਧੀ ਕੌਣ ਹੈ ਮੇਰਾ ਕਜ਼ਨ ਹੈ ਬਦਤਮੀਜ਼ ਹੋ ਗਿਆ ਕਜ਼ਨ ਐਸੇ ਨਹੀਂ ਤੇ ਵਜ਼ਨ ਪਾਉਂਦੇ ਆ ਓ ਯਾ ਤੈਨੂੰ ਬੜੀ ਬੜੀ ਮੁਬਾਰਕ ਹੋਵੇ ਬਈ ਕੀ ਤੂੰ ਮੇਰਾ ਸਾਲਾ ਬਣ ਗਿਆ ਇਹ ਕੀ ਕਹਿੰਦੇ ਹਾਂ ਮੈਂ ਨਾ ਪਿਆਰ ਕਰਨੀ ਆ ਤੇ ਨਾਲੇ ਇਹਨਾਂ ਸ਼ਾਦੀ ਕਰਨਾ ਚਾਹੁੰਦੀ ਹਾਂ ਮੁਬਾਰਕ ਹੋਵੇ ਥੈਂਕ ਯੂ ਯਾਰ ਉਂਝ ਵੀ ਤੈਨੂੰ ਨਾਸੀ ਜਾਣਾ ਸੀ ਸੁਗਰ ਤੁਸੀਂ ਅੱਗੇ 4 ਵਾਰੀ ਨਸੀ ਆ ਤੇ ਮਾਸ਼ਾਅੱਲਾ 6 ਬੱਚੇ ਆ 4 ਦੌੜਾਂ ਚੋਂ ਚਲੋ ਇੱਕ ਅਧੀਰੀ ਹੋਰ ਨਸ ਲੱਗੇ ਤੁਹਾਨੂੰ ਕੀ ਫਰਕ ਪੈ ਜਾਏ ਭਾਈ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਕਹਿੰਦਾ ਤੁਸੀਂ ਨਾ ਕਰ ਲਓ ਵਿਆਹ ਪੈਣ ਦੀ ਹਿਫਾਜ਼ਤ ਕਰਿਓ ਜ਼ਰੂਰ ਯਾਰ ਭਾਈ ਤੁਸੀਂ ਚਾਹੁੰਦੇ ਤੁਹਾਡੀ ਦਹਿਸ਼ਤ ਵੱਜ ਹੈ ਆਹੋ ਯਾਰ ਇੱਥੇ ਘੁੰਮਣ ਵਾਲੀ ਬੱਤੀ ਲਵਾ ਲਓ ਜਾਣੇ ਕਿਸ ਕਿਸਮ ਦੇ ਲੋਕ ਆ ਰਹੇ ਨੇ ਜਾਣੇ ਕਿ ਘੱਟ ਬੜੀ ਮੈਂ ਹੁਣੇ ਤੈਨੂੰ ਖਰੀੜਾ ਖਵਾ ਦੇਣੀ ਹੈ ਆ ਤੂੰ ਮਸੀਤ ਤੂੰ ਪੱਖਾ ਲਾ ਤੈਨੂੰ ਕਿਸੇ ਰਗੜ ਕੇ ਮੁੰਨਿਆ ਓਏ ਤੂੰ ਕੌਣ ਹੈ ਲੇਲੇ ਵੇਚਣ ਵਾਲਿਆ ਸ਼ਟ ਅਪ ਮੈਨੂੰ ਲੇਲੇ ਵੇਚਣ ਵਾਲਾ ਨਾ ਕਹਿ ਤੇ ਹੋਰ ਤੂੰ ਕੀ ਵੇਚਣ ਵਾਲਾ ਮੈਂ ਮਜ਼ੇ ਦਾ ਬਾਨੀ ਆ ਮਜ਼ੇ ਦਾ ਹਾਏ ਕਿੰਨਾ ਕੁ ਮਜ਼ਾ ਹੈ ਜਿੰਨਾ ਤੂੰ ਚਾਹਵੇਂਗੀ ਜਿੰਨੀ ਤੇਰੇ ਕੋਲ ਗੁੰਜਾਇਸ਼ ਹੈ ਜਾਲੀ ਜਿੰਨਾ ਤੂੰ ਕਹੇਂਗੀ ਅੱਛਾ ਹਾਂਜੀ ਲਓ ਜਨਾਬ ਇਸ ਤੋਂ ਪਹਿਲੇ ਕਿ ਸਰਦੀਆਂ ਮੁੱਕ ਜਾਣ ਮੂਡ ਬਣਾ ਲਓ ਮੇਰਾ ਮਤਲਬ ਕਿ ਤੇਰੇ ਕੋਲ ਮਾਲ ਕਿੰਨਾ ਕੁ ਹੈ ਮਾਲ ਮੇਰੇ ਕੋਲ ਬੜਾ ਹੈ ਇਹ ਕੁੜੀ ਕੌਣ ਹੈ ਐਕਚੁਅਲੀ ਮੈਂ ਬਣਾ ਰਿਹਾ ਥੀਏਟਰ ਅੱਛਾ ਇਹ ਮੇਰੇ ਥੀਏਟਰ ਦੀ ਹੀਰਵਨ ਹੈ ਔਰ ਮੈਂ ਵਿੱਚ ਹੀਰੋ ਹਾਂ ਅੱਛਾ ਇਹਨੂੰ ਤੂੰ ਲੈ ਕੇ ਆਇਆ ਤੂੰ ਵੀ ਖਾਦੂ ਹੀ ਹੈ ਉਹ ਬੇਵਕੂ ਮੈਂ ਥੀਏਟਰ ਦਾ ਮਾਲਕ ਹਾਂ ਔਰ ਮੈਨੂੰ ਚਮਚੀਆਂ ਚਾਹੀਦੀਆਂ ਨੇ ਚੰਦ ਅੱਛਾ ਚੰਦ ਚਮਚੀ ਸੋ ਤੂੰ ਤਾਂ ਨਹੀਂ ਓਏ ਆ ਬਈ ਟੋਪੀਆਂ ਬਣਾਉਣ ਵਾਲੇ ਫਰਮੇ ਮੇਰਾ ਖਿਆਰੇ ਇਹਦੇ ਘਰ ਦੋ ਚਾਰ ਟੋਪੀਆਂ ਪਹੁੰਚ ਗਈਆਂ ਅਬੇ ਉਹ ਪੇਂਡੂ ਇਹੋ ਜਿਹੇ ਪੇਂਡੂਆਂ ਦੀ ਮੌਤ ਪਤਾ ਕਿਸੇ ਨਾਲ ਹੁੰਦੀ ਹੈ ਜਿਵੇਂ ਗੋਏ ਤੋਂ ਪੈਰ ਤਿਲਕਦਾ ਕਿੱਲੇ ਨਾਲ ਸਿਰ ਵੱਜਦਾ ਮਰ ਜਾਂਦਾ ਯਾਨੀ ਕਿ ਵੈਰੀ ਸਿੰਪਲ ਡੈਥ ਮੈਂ ਇਹੋ ਜਿਹੇ ਗੰਜੇ ਬੰਦੇ ਹਮਾਮ ਚ ਨਹਾਉਂਦੇ ਮਰਦੇ ਨੇ ਆ ਕਿਸ ਤਰ੍ਹਾਂ ਪੁੱਛੋ ਕੀ ਹੋਇਆ ਗਰਮ ਟੂਟੀ ਖੋਲ ਬੈਠਾ ਬਸ ਮੇਰੀ ਗੱਲ ਸੁਣ ਇੱਕ ਮਿੰਟ ਠਹਿਰ ਮੇਰੀ ਗੱਲ ਸੁਣੀ ਠੰਡ ਬੜੀ ਪੈਸੇ ਬੜੇ ਨੇ ਛੱਡ ਦੇ ਤੂੰ ਇਸ ਗੱਲ ਅਕੀਲੇ ਨਾਲ ਫਿਰ ਰਹੀ ਗਰੀਬ ਨਾਲ ਮੇਰੀ ਕੰਪਨੀ ਚ ਆ ਜਾ ਤੇਰੀ ਕੰਪਨੀ ਚ ਕੀ ਮਰਦੇ ਨੇ ਸਭ ਕੁਝ ਮਿਲੇਗਾ ਅੱਛਾ ਗੱਡੀ ਓਏ ਕੋਠੀ ਓਏ ਬੰਗਲਾ ਓਏ ਸੱਟਾਂ ਫੇਟਾਂ ਬਿਲਕੁਲ ਇਹ ਬਕਵਾਸ ਕਰ ਰਹੇ ਇਹਦੇ ਨਾਲ ਨਾ ਜਾਈ ਇਹ ਉਹ ਆਂਦਰਾ ਵਾਲੇ ਰੌਦੇ ਇਕੱਠੇ ਕਰਦੇ ਹੀ ਨਹੀਂ ਪਹਿਲੀਆਂ ਕੰਨਾਂ ਦੇ ਸਹੀ ਕਰਦਾ ਪਿਆ ਸੀ ਲਾਸਟ ਤੇ ਵਾਲਾ ਕੰਮ ਖਰਾਬ ਇਹ ਕਹੜੇ ਓਏ ਇੱਕ ਮਿੰਟ ਓਏ ਪਾਕਿਸਤਾਨੀ ਫੁੱਲਣ ਦੇਵੀ ਦੇ ਬੱਚੇ ਇੱਕ ਮਿੰਟ ਤੈਨੂੰ ਵੀ ਇੱਕ ਵਾਰੀ ਦੂਰ ਲੈ ਗਿਆ ਸਰ
تو ناظرین کب تک یہ سائیکلیں دور لے کے جاتے رہیں گے, کب تک سائیکلوں پہ ہمارے معاشرے کا گزارا ہوتا رہے گا, کب تک ختم ہوں گی یہ سائیکلیں ہماری سوسائٹی سے؟ کیمرامین شہزاد رفیق کے ساتھ نسیم راجپوت, جیو لاہور. تو ناظرین اس وقت ہم سیالکوٹ کے اس محلے میں پھر رہے ہیں جہاں بچی کے ساتھ زیادتی ہوئی ہے. بات کرتے ہیں بچی کے بھائی سے. جی بھائی جان, دیکھیں جی میں اس وقت گھبرایا ہوا ہوں, میرے ابو سے بات کریں, انہوں نے سارا واقعہ اپنی آنکھوں کے ساتھ دیکھا. ان کے پاس کلہاڑی بھی تھی لیکن جانے لگ گیا. ناظرین میں اس وقت ٹی وی کا نمائندہ ہوں, میں ایسی باتوں میں دخل نہیں دے سکتا. بات کرتے ہیں بچے کے اوریجنل والد سے. جی جاجا جی, مہربانی جناب, غریب آدمی ہیں جی, غریب کی سنتا کون ہے؟ دھکے تے نصیبہ جی لگے ہوں گے, تھانے گئے انہوں نے بھی کوئی فریاد نہیں ہوئی سنی, کسی نے مدد نہیں کی تھی. وہ تو مہربانی آپ ہی نا چیک نالیا دی. جنہوں نے مینو یہ موقع دیتا بھی میں اپنا دکھ بھراوا نوں سنا دوں گا, یہ بڑے چنگے بندے آ. میری تے دعا ہے بھی جی ساری بچی نال ہویا, اللہ کرے انہاں دی بچی نال دی ہوے. میرا قصور نہیں, میری اولاد چنگ, تیرا قصور نہیں, تیرا قصور نہیں, میں بھی کہہ کے چھڑنا. ناظرین او پھر ایک میں ٹھہری, ناظرین او تینوں تلک کہتا ہی, او میں تینوں تلک وکھاؤنا, ٹھہرو. ہیلو امریکہ, او سناؤ کنجراں کی حال نے, او تہاڈیاں بلڈنگاں جڑے جہاز چھکے ہن پتہ لگا؟ او کتے منگا سوں کے دسن, کتے کوئی نہیں تو میں بھیجنا, ویزا آ گیا تیرا, اتنے نرکا جانا ہی ہوں, مجھے جھوٹے نہ پاوی, گل ہو گئی میری. چل یار چورو انو گا. مہربانی ہے جی, انہوں نے مینوں ٹی وی تے لیاتا. ناظرین یہ بچی کے والد تھے جو صدمے کی وجہ سے کتے کی طرح بھونگ رہے تھے اور ان کو کوئی پتہ نہیں چل رہا کہ یہ کیا کہہ رہے ہیں. بات کرتے ہیں علاقے کے ایسے چو سے جو بچی کا ڈانس خود دیکھتا رہا. جی بھائی جان, تھینک یو فینے. ناظرین جب یہ درگھٹنا ہوئی چیک والے ناکے, اس ویلے میں چیک والے ناکے پہ تھا. یہ جڑے بلتکار ہو رہے ہیں بغیر پیسے تو زیادتی ہے تے علاقہ جڑا ہے وہ میرے کول ہے, تاں یہ زیادتیاں اچھی کہ میری اپنی بچی نال ہوئی ہے. یہ کٹنی ہے اور گل ہے, بکری چلانی 18 لے کے اوتے. نہیں نہیں میں بڑی انٹیگریشن کیتی اس کیس دے متعلق کو, لیکن مینوں کوئی ویلیڈیشن نہیں ہوئی. آؤ اس بچی نہ گل کرنے ہیں جنہیں زیادتی ہوئی جی, جانتی آلی یہ دنہ نہیں ہوئی. اچھا آلی نہیں ہوئی. تو ناظرین یہ مشرق کی بچیاں ہیں, پاکستانی بچیاں, اپنے منہ سے ایسی بات کہہ نہیں سکیں گی, شرم و حیا ان کے آڑے آئے گی. بات کرتے ہیں جس نے زیادتی کی. وہ بس بھائی جان شراب پیتی سی, پتہ نہیں لگا. کسا دی بچی تے کسا دی بھین تے تیری مشہور ہے رکھا اپنا روڑا اپنے کول چم, وہ میرا نہیں چمتا پیا. یہ گل نہیں دسنے دسنے یار, تو آیا کدھر جج دیا تھوڑیا بکواس ہے. میں تھیٹر دا مالک ہاں اور میں تھیٹر بنانا چاہنا, تینوں بھی میں پینڈو دا رول دیاں گا. مینوں وچ کم دیو گے؟ مینوں یار کسے ہیر ونا پا دے, میں آرام نہ پے رہنا. تینوں میں اپنے نال پاواں گا, کوئی مسئلہ نہیں. بے وکو اے وچ ہیر ون ہوئے گی ڈارلنگ, تسی ریسل کر لو, میں ذرا پینڈو نوں. ہاں تیری گل سنو, ہاں ٹھنڈ بڑی کولے پہاڑ اے, تے سختی بڑی ہے جناب. اچھا اس قسم دے کولے پہا کے بیٹھی ہوئے گی اتھے. کوئی بات کیوں بھائی, یہو جی جایا کریا تھیٹر
ਦੇ ਵਿੱਚ ਕਲੈਪਾਂ ਹੋਣਗੀਆਂ ਕਿ ਨਹੀਂ? ਕੀ ਬਾਤ ਹੈ? ਜਿਹੜਾ ਡਾਰਲਿੰਗ ਅਸੀਂ ਸ਼ਾਨੂ ਜੀ, ਹਾਂਜੀ ਮੇਰੀ ਗੱਲ ਤੇ ਸੁਣੋ। ਹਾਂ ਸ਼ਾਨੂ ਜੀ ਨੂੰ ਕਹਿ ਦੋ ਕੀ ਕਹਿ ਦੇ ਠੰਡ ਬੜੀ ਅੰਦਰ ਆਓ, ਚੁੱਲ੍ਹਾ ਬਾਲ ਕੇ ਬਹਿਨੇ ਆ। ਤੂੰ ਐਸਾ ਕਰ, ਅਸੀਂ ਅੰਦਰ ਚੱਲੇ, ਹਾਂਜੀ ਸਾਡੇ ਵਾਸਤੇ ਪਾਣੀ ਗਰਮ ਕਰ। ਤੇਰੀ ਸਵਾਲ